ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪੰਜਾਬ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਪੰਜਾਬ ਸਰਕਾਰ ਨੇ ਪੰਜਾਬ 'ਚ ਕਰਫਿਊ ਦਾ ਐਲਾਨ ਕਰ ਦਿੱਤਾ। ਪਹਿਲੀ ਜਾਣਕਾਰੀ ਦੇ ਮੁਤਾਬਕ ਲੋਕਾਂ ਨੇ ਬਾਹਰ ਨਿਕਲਣਾ ਬੰਦ ਨਹੀਂ ਕੀਤਾ, ਜਿਸ ਦੇ ਚੱਲਦੇ ਆ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਗਏ ਨੇ ਕਿ ਪੰਜਾਬ ਦੇ ਵਿੱਚ ਲੋਕਾਂ ਦੀ ਸਿਹਤ ਬਣੀ ਰਹੇ। ਇਸ ਲਈ ਇਹ ਵੱਡਾ ਫੈਸਲਾ ਸਰਕਾਰ ਵੱਲੋਂ ਲਿੱਤਾ ਗਿਆ। ਪਹਿਲੀ ਜਾਣਕਾਰੀ ਦੇ ਮੁਤਾਬਕ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਅਤੇ ਜਿਹੜੀਆਂ ਰੋਜ਼ਮਰਾ ਦੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਦੀ ਖਰੀਦਦਾਰੀ ਵਾਸਤੇ ਕੁਝ ਸਮਾਂ ਲੋਕਾਂ ਨੂੰ ਦਿੱਤਾ ਜਾਏਗਾ, ਜਿਸ ਦੌਰਾਨ ਉਹ ਬਾਹਰ ਨਿਕਲ ਸਕਣਗੇ। ਪਰ ਇਸ ਦੇ ਬਾਵਜੂਦ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਇੱਕ ਢਿੱਲ ਦਿੱਤੀ ਸੀ ਕਿ ਪਰਿਵਾਰ ਦਾ ਕੋਈ ਵੀ ਬੰਦਾ ਬਾਹਰ ਨਿਕਲ ਸਕਦਾ ਹੈ, ਪਰ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਹਾਲਾਤ ਬੇਕਾਬੂ ਨਾ ਹੋ ਜਾਣ, ਇਸ ਕਰਕੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਕਿ ਪੰਜਾਬ 'ਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੱਡਾ ਫੈਸਲਾ ਲਿੱਤਾ ਹੈ। ਹੁਣ ਵੀ ਇਹ ਕੋਆਪਰੇਟ ਕਰਨ ਤੇ ਬਾਹਰ ਜਾਣ, ਇਹ ਕਰਫਿਊ ਲਾਇਆ ਇਸ ਕਰਕੇ ਗਿਆ ਕਿ ਅੱਜ ਜਿਹੜਾ ਲਿਮਿਟਿਡ ਲੋਕਡਾਊਨ ਸੀਗਾ ਉਹਦੇ ਵਿੱਚ ਲੋਕਾਂ ਨੇ ਕਹਿਣਾ ਨਹੀਂ ਮੰਨਿਆ, ਡਿਸਿਪਲਿਨ ਨਹੀਂ ਰੱਖਿਆ, ਬੜੇ ਵੱਡੇ ਤਾਦਾਦ ਦੇ ਵਿੱਚ ਲੋਕੀ ਬਾਹਰ ਨਿਕਲੇ, ਤਮਾਸ਼ਾ ਬਣਾ ਰਹੇ ਸੀ। ਇਹਨਾਂ ਸਾਰਿਆਂ ਨੂੰ ਦੁਬਾਰਾ ਇਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਸਾਰੇ ਹੀ ਅੰਦਰ ਰਹਿਣ, ਜੇ ਕੋਈ ਬਾਹਰ ਆਇਆ ਤੇ ਉਹਦੇ ਨਾਲ ਲਾਅ ਦੇ ਅਕੋਰਡਿੰਗਲੀ ਬੜਾ ਹੀ ਸਟ੍ਰਿਕਟਲੀ ਐਕਸ਼ਨ ਲਿਆ। ਥੈਂਕ ਯੂ। ਪਹਿਲੇ ਡੇਢ ਦਿਨ ਪਰ ਉਹਦਾ ਕੋਈ ਸਹੀ ਮਾਇਨੇ ਚ ਫਾਇਦਾ ਨਹੀਂ ਉਠਾਇਆ ਗਿਆ, ਅਨਨੈਸੈਸਰੀ ਬਾਹਰ ਆਏ ਗਏ ਨੇ। ਹੁਣ ਅਸੀਂ ਸਥਿਤੀ ਨੂੰ ਅਸੈਸ ਕਰਾਂਗੇ, ਜਦੋਂ ਲੋੜ ਹੋਏਗੀ ਲੋੜ ਮੁਤਾਬਕ ਢਿੱਲ ਦਿੱਤੀ ਜਾ ਸਕਦੀ ਹੈ। ਮੈਂ ਉਹਦਾ ਕੋਈ ਟਾਈਮ ਕਮਿਟ ਨਹੀਂ ਕਰਦਾ। ਲੋਕਾਂ ਦੀ ਜਿਹੜੀ ਜ਼ਰੂਰੀਆਤ ਨੇ ਉਹ ਵੀ ਜਿਹੜੀਆਂ ਹੈਗੀਆਂ ਨੇ ਅਸੀਂ ਧਿਆਨ ਚ ਰੱਖਣਾ ਹੈਗਾ, ਬਟ ਇਹਦੇ ਲਈ ਕਮਿਟਮੈਂਟ ਕੋਈ ਨਹੀਂ ਕਿਉਂਕਿ ਅਸੈਸ ਦਾ ਸਿਚੁਏਸ਼ਨ ਦੇ ਮੁਤਾਬਕ ਅਸੀਂ ਦੇਖਾਂਗੇ। ਪਰ ਜਿਹੜੇ ਹਸਪੀਟਲ ਨੇ ਆਫਕੋਰਸ ਉਹ ਤਾਂ ਕੰਮ ਕਰਦੇ ਹੀ ਰਹਿਣਗੇ ਕਿਉਂਕਿ ਹੈ ਹੀ ਹੈ ਸਾਰਾ ਕੁਝ ਬਿਮਾਰੀ ਕਰਕੇ ਹੈਗਾ, ਬਟ ਅਸੀਂ ਜਿਹੜਾ ਹੈਗਾ ਕੇਸ ਟੂ ਕੇਸ ਔਰ ਪੂਰੀ ਸਥਿਤੀ ਨੂੰ ਦੇਖਦੇ ਹੋਏ, ਕਿਉਂਕਿ ਹੁਣ ਤੱਕ ਤਾਂ ਖੁੱਲ੍ਹਾ ਹੀ ਸੀ, ਪਹਿਲਾਂ ਵੀ ਅਸੀਂ ਕਰਫਿਊ ਜਦੋਂ ਲਗਾਉਂਦੇ ਹਾਂ ਲੰਬੇ ਸਮੇਂ ਵੀ ਲੱਗਿਆ ਰਹਿੰਦਾ, ਜਿਵੇਂ ਜਿਵੇਂ ਲੋੜ ਹੋਏਗੀ ਉਵੇਂ ਉਵੇਂ ਅਸੀਂ ਛੂਟ ਦੇਵਾਂਗੇ, ਪਰ ਤੁਹਾਡੇ ਰਾਹੀਂ, ਕਿਉਂਕਿ ਜਿਵੇਂ ਇੱਕ ਛੋਟਾ ਬੱਚਾ ਹੁੰਦਾ ਜਦੋਂ ਆਪਾਂ ਉਹਨੂੰ ਪੋਲੀਓ ਡ੍ਰੌਪ ਪਵਾਉਣੇ ਹੁੰਦੇ ਉਦੋਂ ਵੀ ਰੋਂਦਾ, ਜਦੋਂ ਆਪਾਂ ਉਹਨੂੰ ਕੋਈ ਇੰਜੈਕਸ਼ਨ ਲੈਣਾ ਹੁੰਦਾ ਉਦੋਂ ਵੀ ਰੋਂਦਾ, ਉਹਨੂੰ ਇਹ ਪਤਾ ਨਹੀਂ ਹੁੰਦਾ ਸੀ ਮੇਰੇ ਮਾਂ ਪਿਓ ਮੇਰੇ ਫਾਇਦੇ 'ਚ ਕੰਮ ਕਰ ਰਹੇ ਆ। ਜੇ ਬੱਚੇ ਨਹੀਂ ਚੱਲੇ ਤਾਂ ਕੋਈ ਵੈਕਸੀਨੇਸ਼ਨ ਨਾ ਲਵੇ, ਇੱਕ ਤਰ੍ਹਾਂ ਨਾਲ ਸਮਾਜ ਨੂੰ ਬਚਾਉਣ ਵਾਲੀ ਗੱਲ ਹੈ ਇਹ, ਤਾਂ ਸਾਨੂੰ ਕੌੜਾ ਘੁੱਟ ਭਰਨਾ ਪੈ ਰਿਹਾ। ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਰੇ ਪੰਜਾਬੀਆਂ ਦੀ ਜਾਨ ਮਾਲ ਤੇ ਸਿਹਤ ਬਚਾਉਣ ਲਈ ਫੈਸਲਾ ਲਿੱਤਾ ਗਿਆ, ਪਰ ਜਦ ਵੀ ਛੋਟ ਮਿਲੇਗੀ ਮੇਰੇ ਸਾਰੇ ਮਾਂ ਪਿਓ ਨੂੰ, ਸਾਰੀਆਂ ਆਪਣੀਆਂ ਜਿਹੜੀਆਂ ਮੇਰੀਆਂ ਭੈਣਾਂ ਘਰਾਂ 'ਚ ਰਹਿ ਰਹੀਆਂ ਨੇ, ਸਾਰੇ ਬੰਦੇ ਜਿਹੜੇ ਬਾਹਰ ਆ ਰਹੇ ਨੇ, ਕਿਸੇ ਦਾ ਮਾਂ ਹੈ, ਕਿਸੇ ਦਾ ਪਿਓ ਹੈ, ਕਿਸੇ ਦਾ ਬੱਚਾ ਹੈ, ਤੁਸੀਂ ਕਿਰਪਾ ਕਰਕੇ ਬਿਨਾਂ ਜ਼ਰੂਰਤ ਤੋਂ ਇਹਨਾਂ ਨੂੰ ਬਾਹਰ ਨਾ ਆਉਣ ਦਿਓ। ਜਿੱਥੇ ਆਪ ਵਾਇਰਸ ਤੋਂ ਗ੍ਰਸਤ ਹੋਣਗੇ ਉੱਥੇ ਬਿਮਾਰੀ ਦੀ ਸੁਗਾਤ ਤੁਹਾਡੇ ਘਰਾਂ 'ਚ ਵੀ ਜਾਣਗੇ। ਜੇ ਤੁਸੀਂ ਵਾਕਈ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਹੋ, ਜਿਸ ਵੇਲੇ ਇਹ ਛੋਟ ਮਿਲੇਗੀ ਅਸੀਂ ਟਾਈਮ ਟੂ ਟਾਈਮ ਦੁੱਧ ਸਬਜ਼ੀਆਂ ਫਲ ਲਈ ਛੋਟ ਦੇਵਾਂਗੇ, ਉਹ ਮੈਂ ਟਾਈਮ ਪ੍ਰੈਸ ਦੇ ਰਾਹੀਂ ਸੂਚਿਤ ਕਰਾਂਗਾ, ਪਰ ਉਸ ਟਾਈਮ ਆਪਦੇ ਬੱਚਿਆਂ ਨੂੰ ਬਚ ਕੇ ਰੱਖੋ। ਸਿਰਫ ਪਰਿਵਾਰ ਦਾ ਇੱਕ ਮੈਂਬਰ 15 ਵੀਹ ਮਿੰਟਾਂ ਲਈ ਕੋਈ ਆਪਦੀ ਜ਼ਰੂਰੀ ਚੀਜ਼ ਬਾਹਰ ਲੈਣ ਲਈ ਜਾਵੇ, ਉਸ ਤੋਂ ਬਾਅਦ ਬਾਹਰ ਜਾਵੇ। ਨਹੀਂ ਤਾਂ ਇਹ ਵੀ ਹੋ ਸਕਦਾ ਕਿ ਅਸੀਂ ਲੰਬੇ ਸਮੇਂ ਤੱਕ ਜੇ ਅਸੀਂ ਛੋਟ ਦਿੱਤੀ ਔਰ ਵੱਡੀ ਤਾਦਾਦ 'ਚ ਲੋਕ ਬਾਹਰ ਆਏ ਆ, ਇਰਰਿਸਪੋਨਸੀਬਲ ਬਿਹੇਵੀਅਰ ਹੋਇਆ, ਤਾਂ ਮਜਬੂਰਨ ਜਿਹੜੀ ਹੈਗੀ ਹੈ ਸਾਨੂੰ ਜਿਹੜੀ ਛੋਟ ਹੈ ਉਹਦੇ ਸਮੇਂ 'ਚ ਵੀ ਕੰਟੇਨਮੈਂਟ ਕਰਨੀ ਪੈ ਸਕਦੀ ਹੈ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 708-284-4955 MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਹੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793-95956।